ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਪਾਰਟੀ ਦੀ ਅਹਿਮ ਬੈਠਕ ਲੁਧਿਆਣਾ ਦੇ ਵਿੱਚ ਪੰਜਾਬ ਦੇ ਸੀਨੀਅਰ ਆਗੂਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਚੇਚੇ ਤੌਰ 'ਤੇ ਸਾਡੇ ਪਾਰਟੀ ਦੇ ਪੰਜਾਬ ਦੇ ਮਹਾਂਸਚਿਵ ਗੌਤਮ ਸੂਦ ਜੀ, ਵਾਈਸ ਪ੍ਰਧਾਨ ਪੰਜਾਬ ਵਿਪੁਲ ਜੀ, ਔਰ ਪੰਜਾਬ ਦੇ ਸਚਿਵ ਐਡਵੋਕੇਟ ਨਿਤਿਨ ਕਾਂਡ ਜੀ, ਔਰ ਸਾਡੀ ਪਾਰਟੀ ਦੇ ਦਿਹਾਤੀ ਲੁਧਿਆਣਾ ਪ੍ਰਧਾਨ ਨੇ, ਔਰ ਪਿਊਸ਼ ਜੋਸ਼ੀ ਜੀ ਜਿਹੜੇ ਆਈ ਟੀ ਵਿੰਗ ਦੇ ਪ੍ਰਧਾਨ ਨੇ, ਯੋਗੇਸ਼ ਬਾਂਸਲ ਜੀ ਸਾਡੀ ਯੂਥ ਵਿੰਗ ਦੇ। ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਹੱਤਿਆਕਾਂਡ ਹੋਇਆ, ਜਾਂ ਉਸ ਤੋਂ ਬਾਅਦ ਲੜੀਵਾਰ ਇੰਝ ਕਹਿ ਲਈਏ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦਾ ਸ਼ਿਵ ਸੈਨਾ ਵੱਲੋਂ ਤਹਿ ਦਿਲੋਂ ਧੰਨਵਾਦ ਕਿ ਤੁਸੀਂ ਨਿੱਕੇ ਸੱਦੇ 'ਤੇ ਸਾਨੂੰ ਆਪਦੀ ਸੇਵਾ ਦੇ ਲਈ ਪਹੁੰਚਦੇ ਹਾਂ। ਸ਼ਿਵ ਸੈਨਾ ਵੱਲੋਂ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਪੂਰੇ ਪੰਜਾਬ ਦੇ ਅੰਦਰ ਅੱਜ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ। ਉਸੇ ਲੜੀ ਤਹਿਤ ਲੁਧਿਆਣੇ ਵਿੱਚ ਵੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂਆਂ ਦੀ ਰਹਿਨੁਮਾਈ ਹੇਠ ਅੱਜ ਇੱਕ ਪ੍ਰੈਸ ਵਾਰਤਾ ਜਿਹੜੀ ਕੀਤੀ ਗਈ ਹੈ, ਜਿਹਦੇ ਵਿੱਚ ਪਾਰਟੀ ਵੱਲੋਂ ਜਿਹੜਾ ਲੰਬੇ ਪੱਧਰ ਤੋਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਹੜਾ ਦੁਬਾਰਾ ਉਹ ਕਾਲਾ ਦੌਰ ਲਿਆਉਣ ਦੀਆਂ ਸਾਜ਼ਿਸ਼ਾਂ, ਚਾਹੇ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਇਸ ਟਾਈਮ ਸਕ੍ਰਿਯ ਨੇ ਅਲਗਾਵਾਦ ਦੀ ਤਾਕਤਾਂ ਨੇ, ਚਾਹੇ ਪੰਜਾਬ ਦੇ ਅੰਦਰ ਜਿਹੜੇ ਕੁਝ ਗੈਂਗਸਟਰ ਨੇ ਜਿਹੜੇ ਲਗਾਤਾਰ ਗੋਲੀਆਂ ਮਾਰ ਕੇ ਲੋਕਾਂ ਦੀ ਹੱਤਿਆਵਾਂ ਕਰ ਰਹੇ ਹੈ, ਉਸ ਗੱਲ 'ਤੇ ਕੜੀ ਚਿੰਤਾ ਪ੍ਰਗਟ ਕਰਨ ਦੇ ਲਈ ਅੱਜ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ। ਕਿਉਂਕਿ ਪਾਰਟੀ ਵੱਲੋਂ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਅੰਦਰ ਜਿਹੜਾ ਅੱਤਵਾਦੀਆਂ ਦਾ ਅਤੇ ਗੈਂਗਸਟਰਾਂ ਦਾ ਜਿਹੜਾ ਗੱਠਜੋੜ ਹੋਇਆ, ਜਿਹੜੇ ਲਗਾਤਾਰ ਕਦੀ ਵਪਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਜਾਂ ਕਦੀ ਕਿਸੇ ਧਾਰਮਿਕ ਸ਼ਖਸੀਅਤ ਨੂੰ, ਕਦੇ ਕੋਈ ਸਿੰਗਰਾਂ ਨੂੰ, ਇਹ ਪੰਜਾਬ ਦੇ ਵਿੱਚ ਦੁਬਾਰਾ ਉਹ ਦੌਰ ਲਿਆਉਣਾ ਚਾਹੁੰਦੇ ਜਿਹਨੂੰ ਕੋਈ ਵੀ ਪੰਜਾਬੀ ਜਿਹੜਾ ਬਰਦਾਸ਼ਤ ਨਹੀਂ ਕਰੇਗਾ। ਪੰਜਾਬ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਅਸੀਂ ਅਮਨ ਸ਼ਾਂਤੀ ਹਾਸਲ ਕੀਤੀ ਹੈ, ਦੁਬਾਰਾ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਪੰਜਾਬ ਦੇ ਅੰਦਰ ਉਹ ਮਾਹੌਲ ਜਿਹੜਾ ਲਿਆਂਦਾ ਜਾਵੇ। ਸਾਡੇ CM ਸਾਹਿਬ ਨੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਬਿਆਨ ਜਾਰੀ ਕੀਤਾ ਸੀ ਕਿ ਪੰਜਾਬ ਦੇ ਅੰਦਰ ਇਹ ਛੋਟੀਆਂ ਮੋਟੀਆਂ ਘਟਨਾਵਾਂ ਹੋਈਆਂ, ਅਤੇ UP ਬਿਹਾਰ ਦਾ ਉਹਨਾਂ ਨੇ ਤਰਕ ਦਿੱਤਾ ਸੀ ਵੀ ਬਹੁਤ ਵੱਡੇ ਪੱਧਰ 'ਤੇ ਉੱਥੇ ਕ੍ਰਾਈਮ ਹੈ। ਲੇਕਿਨ ਬੜੇ ਸ਼ਰਮ ਦੀ ਗੱਲ ਹੈ ਕਿ CM ਸਾਹਿਬ ਦੇ ਇਸ ਬਿਆਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਸਰਕਾਰ ਜਿਹੜੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਕਰ ਰਹੇ ਹਾਂ ਪ੍ਰਬੰਧ, ਉਹ ਸਾਰੇ ਦਾਅਵੇ ਬਿਲਕੁਲ ਖੋਖਲੇ ਸਾਬਤ ਹੋਏ ਹੈ। ਔਰ ਸਰਕਾਰ ਨਾਂ ਦੀ ਪੰਜਾਬ ਦੇ ਅੰਦਰ ਮੈਨੂੰ ਸਾਨੂੰ ਲੱਗਦਾ ਨਹੀਂ ਕੋਈ ਚੀਜ਼ ਹੈਗੀ ਹੈ। ਸ਼ਿਵ ਸੈਨਾ ਦਾ ਇਹ ਵੀ ਮੰਨਣਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਜਾਰੀ ਕਰਕੇ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਜੋ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਜੋ ਵਿਸ਼ਵਾਸ ਜਿਤਾਇਆ ਸੀ, ਉਹ ਅੱਜ ਵਿਸ਼ਵਾਸ ਜਿਹੜਾ ਕਿਤੇ ਨਾ ਕਿਤੇ ਵਿਸ਼ਵਾਸਘਾਤ ਹੁੰਦਾ ਨਜ਼ਰ ਆ ਰਿਹਾ। ਪੰਜਾਬ ਤੋਂ ਜ਼ਿਆਦਾ ਚਿੰਤਾ ਇਸ ਪਾਰਟੀ ਨੂੰ ਹਿਮਾਚਲ ਅਤੇ ਗੁਜਰਾਤ ਦੀ ਚੋਣਾਂ ਦੀ ਹੈ, ਔਰ ਪੂਰਾ ਪੰਜਾਬ ਦੀ ਆਮ ਆਦਮੀ ਪਾਰਟੀ ਪਿਛਲੇ ਜਿੰਨੇ ਸਮੇਂ ਦੌਰਾਨ ਹਿਮਾਚਲ ਅਤੇ ਗੁਜਰਾਤ 'ਚ ਰਹੀ ਹੈ, ਉਹਨਾਂ ਸਮੇਂ ਦੌਰਾਨ ਹੀ ਪੰਜਾਬ ਦੇ ਅੰਦਰ ਲਗਾਤਾਰ ਕਾਨੂੰਨ ਵਿਵਸਥਾ ਦੀ ਧੱਜੀਆਂ ਜਿਹੜੀਆਂ ਉੱਡਦੀਆਂ ਨਜ਼ਰ ਆਈਆਂ। ਉਹ ਚਾਹੇ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਹਿੰਦੂ ਨੇਤਾ ਜਿਹੜੇ ਸੁਧੀਰ ਸੂਰੀ ਸੀਗੇ, ਉਹਨਾਂ ਦੀ ਸਰੇਆਮ ਚਾਹੇ ਹੱਤਿਆ ਕਰਨ ਦਾ ਮਾਮਲਾ ਹੋਵੇ, ਜਾਂ ਉਸ ਤੋਂ ਬਾਅਦ ਕੋਟਕਪੂਰੇ ਦੇ ਅੰਦਰ ਜੋ ਡੇਰਾ ਪ੍ਰੇਮੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ, ਸਰੇਆਮ ਉਹਨਾਂ ਦੇ ਨਾਲ ਵੀ ਸੁਰੱਖਿਆ ਕਰਮੀ ਰਹੇ ਆ। ਉਹ ਤੀਸਰਾ ਮਾਮਲਾ ਉਸੇ ਮਹੀਨੇ ਦੇ ਦਰਮਿਆਨ ਹੀ ਨਕੋਦਰ ਦੇ ਅੰਦਰ, ਜਿਹਦੇ ਤੋਂ ਇੱਕ ਵਪਾਰੀ ਪੀਮੀ ਚਾਵਲਾ ਤੋਂ ਲੱਖਾਂ ਰੁਪਇਆ ਕਿਸੇ ਗੈਂਗਸਟਰ ਗਰੁੱਪ ਨੇ ਫਰੋਤੀ ਮੰਗੀ, ਔਰ ਜਦੋਂ ਉਸ ਵਿਅਕਤੀ ਨੇ ਲੋਕਤਾਂਤਰਿਕ ਅਧਿਕਾਰ ਦੇ ਨਾਲ ਪੁਲਿਸ ਕੋਲ ਜਾਣਾ ਜ਼ਰੂਰੀ ਸਮਝਿਆ, ਅਤੇ ਪੰਜਾਬ ਪੁਲਿਸ ਨੇ ਉਹਨੂੰ ਸੁਰੱਖਿਆ ਮੁਹੱਈਆ ਕਰਾਈ, ਔਰ ਸੁਰੱਖਿਆ ਹੋਣ ਦੇ ਬਾਵਜੂਦ ਬੜੇ ਹੈਰਾਨੀ ਦੀ ਗੱਲ ਆ ਕਿ ਉਹਦੀ ਦੁਕਾਨ ਦੇ ਬਾਹਰ, ਉਹਦੇ ਪ੍ਰਮਿਸਿਸ ਦੇ ਬਾਹਰ ਗੈਂਗਸਟਰ ਗਰੁੱਪ ਜਾ ਕੇ ਉੱਥੇ ਗੋਲੀਆਂ ਚਲਾ ਕੇ ਉਹਨੂੰ ਹੱਤਿਆ ਕਰ ਦਿੰਦੇ, ਔਰ ਉਹਦੇ ਗਨਮੈਨ ਦੀ ਵੀ ਹੱਤਿਆ ਹੋ ਜਾਂਦੀ ਹੈ। ਔਰ ਇਸ ਮਾਮਲੇ ਨੂੰ ਕੇਵਲ 2 ਦਿਨ ਨਹੀਂ ਬੀਤਦੇ ਕਿ ਅੱਜ ਤਰਨ ਤਾਰਨ ਦੇ ਵਿੱਚ ਜੋ ਸੁਰੱਖਿਆ ਏਜੰਸੀਆਂ ਦਾ ਬਹੁਤ ਵੱਡਾ ਅਲਰਟ ਪੰਜਾਬ ਦੇ ਅੰਦਰ ਜਾਰੀ ਹੋਇਆ ਕਿ ਕੁਛ ਹਮਲੇ ਹੋਣ ਦੀਆਂ ਸ਼ੰਕਾ ਵੈ, ਕੁਛ ਸਰਕਾਰੀ ਇਮਾਰਤਾਂ ਦੇ ਉੱਪਰ ਟਾਰਗੇਟ ਹੋ ਸਕਦਾ, ਉਸੇ ਆਸ਼ੰਕਾ ਤੋਂ ਬਾਅਦ
ਤਰਨ ਤਾਰਨ ਦੇ ਥਾਣਾ ਸੁਰਹਾਲੀ ਵਿਖੇ ਰੋਕੇਟ ਲਾਂਚਰ ਦੇ ਨਾਲ ਹਮਲਾ ਹੋਣਾ। ਮੈਂ ਸਮਝਦਾ ਪੰਜਾਬ ਦੇ ਅੰਦਰ ਬਹੁਤ ਮਾੜਾ ਜਿਹੜਾ ਇਸ ਟਾਈਮ ਦੌਰ ਚੱਲ ਰਿਹਾ, ਪੰਜਾਬ 'ਚ ਦੁਬਾਰਾ ਉਹ ਦੌਰ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹਦੇ ਖਿਲਾਫ਼ ਸ਼ਿਵ ਸੈਨਾ ਅੱਜ ਪ੍ਰੈਸ ਕਾਨਫਰੰਸ ਪੂਰੇ ਪੰਜਾਬ 'ਚ ਕਰ ਰਹੀ ਹੈ। ਸਰਕਾਰ ਨਾਮ ਦੀ ਚੀਜ਼ ਪੰਜਾਬ 'ਚ ਕੋਈ ਨਹੀਂ ਹੈ, ਔਰ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਵਿੱਚ ਗਵਰਨਰ ਰਾਜ ਲੱਗਣਾ ਚਾਹੀਦਾ, ਤਾਂ ਕਿ ਪੰਜਾਬ ਦੇ ਲੋਕ ਜਿਹੜੇ ਇਸ ਟਾਈਮ ਡਰ ਦੇ ਸਹਿਮ ਦੇ ਮਾਹੌਲ 'ਚ ਨੇ, ਉਹਨਾਂ ਦਾ ਕੋਈ ਰਿਲੀਫ ਮਿਲ ਸਕੇ। ਦੂਸਰਾ, ਸ਼ਿਵ ਸੈਨਾ ਦਾ ਇਹ ਵੀ ਮੰਨਣਾ ਕਿ ਜਿੰਨਾ ਕੁ ਜ਼ਿੰਮੇਦਾਰ ਪੰਜਾਬ ਸਰਕਾਰ ਹੈ, ਉਸ ਤੋਂ ਕਿਤੇ ਵੱਧ ਜ਼ਿੰਮੇਦਾਰ ਕੇਂਦਰ ਸਰਕਾਰ ਦਾ ਵੀ ਪੰਜਾਬ ਦੇ ਵਿੱਚ ਰੋਲ ਹੈ। ਕਿਉਂਕਿ ਪਿਛਲੇ ਕੁਛ ਸਮੇਂ ਪਹਿਲਾਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਪੋਲਸੀ ਲੈ ਕੇ ਆਉਂਦੀ ਸੀ ਕਿ ਜਿਹੜਾ ਸੀਮਾ ਸੁਰੱਖਿਆ ਬਲ, ਜਿਹਨੂੰ ਅਸੀਂ DSF ਕਹਿੰਦੇ ਹਾਂ, ਉਹਦਾ ਜਿਹੜਾ ਸੁਰੱਖਿਆ ਘੇਰਾ ਉਹ ਕਾਫ਼ੀ ਰੇਂਜ ਵਧਾਈ ਗਈ ਸੀ। ਲੇਕਿਨ ਬੜੀ ਹੈਰਾਨੀ ਔਰ ਸ਼ਰਮਨਾਕ ਗੱਲ ਹੈ, ਉਸ ਸੁਰੱਖਿਆ ਘੇਰੇ ਵਧਾਉਣ, ਰੇਂਜ ਵਧਾਉਣ ਤੋਂ ਬਾਅਦ ਇੱਕ ਪੈਸੇ ਦਾ ਵੀ ਕੋਈ ਬੈਨੀਫਿਟ ਪੰਜਾਬ ਦੇ ਵਿੱਚ ਨਹੀਂ ਮਿਲਿਆ, ਔਰ ਉਸ ਤੋਂ ਕਿਤੇ ਡਬਲ ਚਾਰ ਗੁਣਾ ਹੋ ਕੇ ਹਥਿਆਰ ਨਸ਼ਾ ਜਿਹੜਾ ਵੈ ਉਹ ਬਾਰਡਰ ਏਰੀਆ ਦੇ ਵਿੱਚ ਪਹੁੰਚਾਇਆ ਜਾ ਰਿਹਾ। ਔਰ ਇੱਕ ਗੱਲ ਹੋਰ ਅਸੀਂ ਸ਼ਿਵ ਸੈਨਾ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਚਾਹੇ ਉਹ ਪਿਛਲੀਆਂ ਸਰਕਾਰਾਂ ਨੇ, ਚਾਹੇ ਉਹ ਮੌਜੂਦਾ ਸਰਕਾਰ ਹੈ, ਜਿਹੜੀ ਵੀ ਡਿਲੀਵਰੀ ਚਾਹੇ ਕਿਸੇ ਹਥਿਆਰ ਦੀ ਹੈ ਜਾਂ ਕਿਸੇ ਨਸ਼ੇ ਦੀ ਹੈ, ਉਹ ਫੜਿਆ ਤਾਂ ਜਾ ਰਿਹਾ। ਲੇਕਿਨ ਬੜੀ ਸ਼ਰਮਨਾਕ ਔਰ ਸੋਚਣ ਦਾ ਵਿਸ਼ੇ ਇਸ ਗੱਲ 'ਤੇ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਇਹ ਸਮੱਗਰੀ ਪਹੁੰਚਾਈ ਜਾ ਰਹੀ ਹੈ, ਉਹ ਸਮੱਗਰੀ ਕਿਹਦੇ ਤੱਕ ਪਹੁੰਚਾਈ ਜਾਣੀ ਸੀ? ਉਸ ਮਾਮਲੇ ਦੇ ਵਿੱਚ ਹੁਣ ਤੱਕ ਇੱਕ ਵੀ ਮੁਕੱਦਮਾ ਜਿਹੜਾ ਦਰਜ ਨਹੀਂ ਹੋਇਆ। ਕੇਵਲ ਉਹ ਨਸ਼ਾ ਜਾਂ ਹਥਿਆਰ ਫੜਨ ਤੋਂ ਬਾਅਦ ਖਬਰਾਂ ਜ਼ਰੂਰ ਸਾਹਮਣੇ ਆਉਂਦੀਆਂ, ਠੀਕ ਹੈ, ਸਾਡੀ ਪੰਜਾਬ ਦੀ ਬਹਾਦਰ ਪੁਲਿਸ ਹੈ ਜਿਹਨੇ ਪਹਿਲਾਂ ਵੀ ਪੰਜਾਬ 'ਚੋਂ ਅੱਤਵਾਦ ਖਦੇੜਨ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਬਹੁਤ ਸਾਰੇ ਐਫਰਟ ਕੀਤੇ, ਔਰ ਮੌਜੂਦਾ ਸਮੇਂ ਦੇ ਵਿੱਚ ਵੀ ਪੰਜਾਬ ਦੇ ਜਿਹੜੇ DGP ਸਾਹਿਬ ਨੇ, ਗੌਰਵ ਯਾਦਵ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਐਫਰਟ ਕਰ ਰਹੇ ਆ ਜੋ ਕਿ ਸ਼ਲਾਘਾਯੋਗ ਨੇ। ਪਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਰਾਜਨੀਤੀਕਰਨ ਹੋ ਰਿਹਾ, ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਾ ਹੋਣ ਕਰਕੇ ਅਫਸਰਾਂ ਦਾ ਜਿਹੜੇ ਪ੍ਰੋਪਰ ਜਿਹੜੀ ਜ਼ਮੀਨੀ ਪੱਧਰ 'ਤੇ ਕੰਮ ਨਹੀਂ ਹੋ ਪਾ ਰਹੇ। ਸਾਡੀ ਇਹ ਮੰਗ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਕਿ ਤੁਸੀਂ ਪੰਜਾਬ ਪੁਲਿਸ ਨੂੰ ਫਰੀ ਹੈਂਡ ਪਾਵਰ ਦਿਓ, ਤਾਂ ਕਿ ਜਿਹੜੇ ਗੈਂਗਸਟਰ ਜਾਂ ਸੋ ਕਾਲ ਜਿਹੜੇ ਵੱਖਵਾਦੀ ਸੰਗਠਨ ਨੇ, ਇਹਨਾਂ ਉੱਪਰ ਨਿਗੇਲ ਕਸੀ ਜਾ ਸਕੇ। ਕਿਉਂ ਕੁਛ ਗੱਦਾਰ ਭਾਰਤੀ ਜਨਤਾ ਪਾਰਟੀ ਨੇ ਉੱਥੇ ਪਾਰਟੀ ਨੂੰ ਤੋੜਨ ਵਾਸਤੇ, ਸ਼ਿਵ ਸੈਨਾ ਨੂੰ ਤੋੜਨ ਲਈ ਇੱਕ ਪ੍ਰਯਾਸ ਕੀਤਾ, ਉਹਦਾ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ 29 ਅਪ੍ਰੈਲ ਨੂੰ ਜਿਹੜਾ ਹਰੀਸ਼ ਸਿੰਗਲਾ ਨਾਂ ਦਾ ਵਿਅਕਤੀ ਸੀ ਜਿਹਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਅੱਗ ਲਾਉਣ ਦਾ ਪ੍ਰਯਾਸ ਕੀਤਾ, ਜਿਹਨੂੰ ਪਾਰਟੀ ਨੇ ਸੇਮ ਡੇ ਬਾਹਰ ਦਾ ਰਸਤਾ ਦਿਖਾਇਆ ਪਾਰਟੀ ਤੋਂ, ਔਰ ਪੰਜਾਬ ਦੀ ਪੁਲਿਸ ਨੂੰ ਬੇਨਤੀ ਕੀਤੀ ਵੀ ਇਸ ਵਿਅਕਤੀ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ, ਇਹਨੂੰ ਜੇਲ੍ਹ ਦੇ ਅੰਦਰ ਸਿੱਟਿਆ ਜਾਵੇ। ਜਿਸ ਤੋਂ ਬਾਅਦ ਉਸ ਵਿਅਕਤੀ ਦੇ ਖਿਲਾਫ਼ ਪਰਚਾ ਦਰਜ ਹੁੰਦਾ, ਉਹ ਜੇਲ੍ਹ 'ਚ ਜਾਂਦਾ, ਔਰ ਬਾਹਰ ਆ ਕੇ ਜਦੋਂ ਉਹਦੇ ਕੋਲ ਕੋਈ ਰਸਤਾ ਨਹੀਂ ਨਜ਼ਰ ਆਉਂਦਾ ਤਾਂ ਉਹ ਵੀ ਗੱਦਾਰਾਂ ਦੀ ਪਾਰਟੀ ਜਿਹੜਾ ਸ਼ਿੰਦੇ ਗਰੁੱਪ ਹੈ ਉਹਦੇ ਜਾ ਰਲਦਾ। ਸਾਡੇ ਲੁਧਿਆਣੇ ਤੋਂ ਵੀ ਕੁਝ ਲੀਡਰਾਂ ਨੇ ਉਸ ਵਿਅਕਤੀ ਦੇ ਨਾਲ ਜਾ ਕੇ ਸ਼ਾਮਿਲ ਹੋਏ ਅਤੇ ਜਿਨ੍ਹਾਂ ਨੂੰ ਪਾਰਟੀ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ 'ਚੋਂ ਬਾਹਰ ਕੱਢਿਆ। ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਮੀਡੀਆ ਦੇ ਮਾਧਿਅਮ ਨਾਲ ਕਿ ਲੁਧਿਆਣਾ ਇਕਾਈ ਵਿੱਚ ਸਾਡੀ ਪਾਰਟੀ ਦੇ ਵਿੱਚ ਕਾਫ਼ੀ ਦੇਰ ਤੋਂ ਚੱਲ ਰਹੇ ਪੰਜਾਬ ਦੇ ਸਚਿਵ ਵੀ ਨੇ ਨਿਤਿਨ ਘਾਟ ਜੀ ਨੂੰ ਹਾਈਕਮਾਂਡ ਨੇ ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕੀਤਾ, ਔਰ ਅੱਜ ਅਸੀਂ ਉਹਨਾਂ ਦੀ ਵੀ ਅਨਾਊਂਸਮੈਂਟ ਜਿਹੜੀ ਹੈ ਇਸ ਪੱਤਰਕਾਰ ਵਾਰਤਾ ਰਾਹੀਂ ਕਰ ਰਹੇ ਹਾਂ। ਕੰਮ ਕਰਦਾ ਆ ਰਿਹਾ, ਉੱਦਾਂ ਹੀ ਅੱਗੇ ਵੀ ਪਾਰਟੀ ਨਾਲ ਇੱਦਾਂ ਹੀ ਕੰਮ ਕਰਦਾ ਰਹਾਂਗੇ। ਕਿੱਦਾਂ ਪਾਰਟੀ ਪਾਸੇ ਕੰਮ ਕੀਤਾ ਜਾਊਗਾ? ਚਲੋ, ਪੱਧਰ ਲੈਵਲ 'ਤੇ ਵਾਰਡ ਵਾਈਜ਼ ਅਸੀਂ ਬੰਦੇ ਲਾਵਾਂਗੇ ਨਾਲ, ਹਰ ਵਾਰਡ 'ਚ ਬੰਦਾ ਚੁਣ ਕੇ ਉੱਥੇ ਵਾਰਡ ਬਣਾ ਲਾਵਾਂਗੇ। ਜਿੱਦਾਂ ਜੋ ਬਾਕੀ ਪਾਰਟੀਆਂ ਦਿੱਤੀ ਉੱਦਾਂ ਹੀ ਕੰਮ ਚੱਲੇਗਾ। ਭਾਈਚਾਰੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਵੀ ਭਾਈਚਾਰੇ ਬਣਾ ਕੇ ਰੱਖਣਾ ਚਾਹੀਦਾ? ਬਿਲਕੁਲ, ਉਹ ਤਾਂ ਸਾਡੀ ਪਾਰਟੀ ਨੇ ਪਹਿਲਾਂ ਵੀ ਕਰਤਾ ਹੋਇਆ ਕੋਸ਼ਿਸ਼ ਕਿ ਹਾਂ ਵੀ ਅਸੀਂ ਕੋਈ ਇੱਦਾਂ ਦਾ ਗਲਤ ਬਿਆਨਬਾਜ਼ੀ ਨਹੀਂ ਕਰਦੇ, ਜਿੰਨਾ ਵੀ ਕਿੱਦਾਂ ਹਿੰਦੂ ਸਿੱਖ 'ਚ ਕੋਈ ਦਰਾਰ ਪਵੇ ਜਾਂ ਲੜਾਈ ਹੋਵੇ।